ਸੋ ਅਸੀਂ ਪੁੱਛਿਆ ਸੀਗਾ ਜੀ ਸਾਹਮਣੇ ਜੋ ਗੱਡੀ ਜਾ ਰਹੀ ਵੀਰ ਨੂੰ, ਉਹਨੇ ਦੱਸਿਆ ਸੀਗਾ ਕਿ ਇੱਧਰੋਂ ਜਾਓ ਚੰਗਾ ਕਿਉਂਕਿ ਉੱਧਰ ਵੀ ਜਾ ਸਕਦੇ ਹਾਂ ਪਰ ਉਹ ਥੋੜ੍ਹਾ ਲੰਬਾ ਪੈਂਦਾ ਮਨਾਲੀ ਵਾਸਤੇ। ਸੋ ਅਸੀਂ ਇੱਥੋਂ ਚਾਂਗਲਾ, ਮੇਰਾ ਖਿਆਲ ਚਾਂਗਲੇ ਤੋਂ ਅੱਗੇ ਕਾਰੂ, ਕਾਰੂ ਤੋਂ ਮਨਾਲੀ ਵਾਲਾ ਰਸਤਾ ਉਹ ਫੜ ਲਾਂਗੇ ਕਿਉਂਕਿ ਰਾਤ ਵੀ ਪੈ ਰਹੀ ਹੈ। ਚੱਲਦੇ ਹਾਂ ਜੀ ਮਨਾਲੀ ਮਨੀਕਰਨ ਸਾਹਿਬ ਦਰਸ਼ਨ ਕਰਦੇ ਜਾਵਾਂਗੇ। ਸੋ ਦੇਖਦੇ ਹਾਂ ਸਪੀਡ ਫੜਦੇ ਹਾਂ। ਸੋ ਹੋ ਸਕਦਾ ਕਿ ਅਸੀਂ ਅੱਜ ਰਾਤੋਂ ਰਾਤ ਮਨਾਲੀ ਪਹੁੰਚ ਜਾਈਏ। ਸਾਹਮਣੇ ਫਿਰ ਵਾਪਸ ਉਸੇ ਰਸਤੇ ਤੋਂ, ਇਹ ਰਸਤਾ ਬੰਦ ਕੀਤਾ ਹੋਇਆ ਔਰ ਥੱਲੇ ਆਫ ਰੋਡਿੰਗ ਹੈ। ਸੋ ਅਸੀਂ ਥੋੜ੍ਹੀ ਆਫ ਰੋਡਿੰਗ ਕਰਦੇ ਹੋਏ ਅੱਗੇ ਜਾਂਦੇ ਹੋਏ, ਜ਼ਿਆਦਾ ਨਹੀਂ ਹੈ ਥੋੜ੍ਹਾ ਹੀ ਹੈ। ਸਾਹਮਣੇ ਜੀ ਇਹ ਯਾਕ ਜੋ ਪਾਲੇ ਹੋਏ ਨੇ, ਇਹ ਕੋਈ ਪਾਲਤੂ ਨਹੀਂ ਸੀ, ਮਤਲਬ ਆਵਾਰਾ ਨਹੀਂ ਸੀ, ਸਟਰੀਟ ਨਹੀਂ ਸੀਗੇ, ਜਿੱਦਾਂ ਇਹ ਪਾਲੇ ਹੋਏ ਨੇ। ਸੋ ਦੇਖਦੇ ਹਾਂ ਜੀ ਥੋੜ੍ਹਾ ਅੱਗੇ ਕਰਕੇ, ਥੋੜ੍ਹਾ ਜਿਹਾ ਵੀਰ ਨੂੰ ਕਹਾਂਗੇ ਥੋੜ੍ਹਾ ਫੋਟੋ ਖਿੱਚਣ ਦਾ ਦੇ ਦੇਵੇ। ਸੋ ਥੋੜ੍ਹਾ ਜਿਹਾ ਅੱਗੇ ਜਾ ਕੇ ਉਤਰਦੇ ਹਾਂ। ਕੁਛ ਨਹੀਂ ਕਹਿੰਦੇ, ਕੁਛ ਨਹੀਂ ਕਹਿੰਦੇ। ਅਸੀਂ ਗੱਡੀ ਰੋਕ ਲਈ ਜੀ ਸੁਨਸਾਨ ਜਗ੍ਹਾ 'ਤੇ। ਸੋ ਜਗਜੀਤ ਸਿੰਘ ਨੂੰ ਕਿਹਾ ਕਿ ਇੱਕ ਫੋਟੋ ਲੈ ਲੈ। ਸੋ ਦੇਖਦੇ ਹਾਂ ਜੀ ਇੱਕ ਫੋਟੋ ਲੈ ਲਾਂਗੇ ਨਾਲ, ਤੁਰੇ ਆਉਂਦੇ ਜੀ। ਡਰ ਵੀ ਲੱਗ ਰਿਹਾ ਕਿਤੇ ਮਾਰਨ ਨਾ, ਪਰ ਨਹੀਂ ਇਹ ਬਹੁਤ ਭੋਲੇ ਜਿਹੇ ਹੁੰਦੇ ਆ, ਜਾਕ ਬਿਲਕੁਲ ਲੱਗੇ ਆਉਂਦੇ ਹੋਏ। ਹਵਾ ਚਲਦੀ ਹੋਈ ਪੂਰੀ ਠੰਡ ਹੈ। ਰਸਤੇ 'ਚ ਖਲੋ ਗਏ ਨੇ ਜੀ, ਬਾਏ ਬਾਏ ਪਹਾੜੀ ਜਾਕ। ਲੱਗਦਾ ਕਿ ਅਸੀਂ ਜਲਦੀ ਕਵਰ ਕਰ ਜਾਵਾਂਗੇ ਆਪਣਾ ਮਨਾਲੀ ਵਾਸਤੇ, ਅਗਰ ਕਿਤੇ ਉਹਨਾਂ ਨੇ ਰਸਤਾ ਬੰਦ ਨਾ ਕੀਤਾ ਹੋਵੇ, ਕਿਉਂਕਿ ਰਾਤ ਦੇ ਟਾਈਮ ਇਹ ਬੰਦ ਕਰ ਦਿੰਦੇ ਆ। ਵੱਖਰੇ ਤਰ੍ਹਾਂ ਦੇ ਪਹਾੜ, ਇੱਦਾਂ ਲੱਗ ਰਿਹਾ ਕਿ ਜਿੱਦਾਂ ਕੋਈ ਬੰਦਾ ਬੈਠਾ ਹੋਵੇ। ਇਸ ਤਰ੍ਹਾਂ ਲੱਗ ਰਿਹਾ ਜਿੱਦਾਂ ਕੋਈ ਬੰਦਾ ਬੈਠਾ ਹੋਇਆ, ਉਹਦੇ ਪੈਰ ਨੇ ਦੋ ਥੱਲੇ ਔਰ ਦੋ ਪੈਰ ਔਰ ਉੱਪਰ ਉਹਦਾ ਮੂੰਹ ਹੈ, ਉਹ ਦੇਖੋ ਜੀ ਸਾਹਮਣੇ ਪੂਰਾ ਜਿੱਦਾਂ ਕੋਈ ਬੰਦਾ ਖੜ੍ਹਾ ਹੁੰਦਾ। ਕੰਮ ਚੱਲਦਾ ਹੋਇਆ, ਸੋ ਵੀਰਾਂ ਦਾ ਥੈਂਕ ਯੂ ਬਹੁਤ ਬਹੁਤ ਜ਼ਿਆਦਾ, ਕਿਉਂਕਿ ਇਹਨਾਂ ਨੇ ਕਿਆ ਬਾਤ ਹੈ, ਇਹ ਜਿਹੜੀ ਸੜਕ ਹੈ ਮੈਂ ਜ਼ਿੰਦਗੀ 'ਚ ਇੰਡੀਆ ਦੇ ਵਿੱਚ ਇੱਦਾਂ ਦੀ ਸੜਕ ਨਹੀਂ ਦੇਖੀ। ਸੋ ਕਿਤੇ ਵੀ ਕੋਈ ਜੋ ਹੁਲਾਰਾ ਹੁੰਦਾ ਨਾ ਜਾਂ ਹਿਲਣਾ ਜੁਲਣਾ, ਉਹ ਬਿਲਕੁਲ ਨਹੀਂ ਮਹਿਸੂਸ ਹੀ ਨਹੀਂ ਹੋ ਰਿਹਾ। ਸੋ ਬਹੁਤ ਥੈਂਕ ਯੂ ਜੀ ਇਹਨਾਂ ਦਾ। ਵਾਪਸੀ 'ਤੇ ਜੀ ਵੱਡੇ ਵੱਡੇ ਪਹਾੜ ਪੱਥਰ ਔਰ ਉੱਪਰ ਬਣਿਆ ਹੋਇਆ ਮੰਦਰ। ਦੇਖੋ ਜੀ ਪੱਥਰ। ਸੋ ਰਸਤਾ ਪੁੱਛ ਲਿਆ ਸੀ ਕਾਰੂ, ਹੁਣ ਇੱਥੋਂ ਕਾਰੂ ਜਾਵਾਂਗੇ ਕਿਉਂਕਿ ਰਸਤੇ ਵੰਡੇ ਗਏ ਸੀ ਇੱਥੇ ਆ ਕੇ। ਸੋ ਇਸ ਕਰਕੇ ਹੁਣ ਜਾਵਾਂਗੇ ਕਾਰੂ। ਇੱਧਰ ਅਜੇ ਸਾਰਾ ਨੌਰਮਲ ਜੀ ਹੈ। ਸੋ ਇੱਥੇ ਦੇਖਦੇ ਹਾਂ ਕੁਛ ਖਾਣ ਨੂੰ, ਜੂਸ ਵਗੈਰਾ ਲੈਂਦੇ ਹਾਂ ਔਰ ਨਮਕੀਨ ਵਗੈਰਾ। ਇਹ ਹੈ ਜੀ ਬਿਲਕੁਲ ਪਹਾੜਾਂ ਦੇ ਵਿਚਕਾਰ, ਲੈਂਦੇ ਹਾਂ ਜੀ ਕੁਛ ਖਾਣ ਨੂੰ। ਲਿਆ ਜੀ ਪਾਰਲੇ, ਮੂੰਗ ਦੀ ਦਾਲ ਅਤੇ ਕੁਛ ਹੈ ਆਲੂ, ਪੰਜਾਬੀ ਤੜਕਾ। ਸੋ ਚੱਲਦਿਆਂ ਦੀ ਠੰਡ ਵਧੀ ਜਾ ਰਹੀ ਹੈ, ਖਾਓ ਜੀ। ਕਾਫੀ ਜਲਦੀ ਹਨੇਰਾ ਪੈਂਦਾ ਹੋਇਆ, ਟਾਈਮ ਅਜੇ ਹੋਇਆ ਜੀ 5:40 ਸ਼ਾਮ ਦੇ। ਸੋ ਹਨੇਰਾ ਪੈ ਗਿਆ ਔਰ ਬਹੁਤ ਜਲਦੀ ਡਾਰਕਨੈਸ, ਜਿੱਦਾਂ ਹਨੇਰਾ ਹਨੇਰਾ ਲੱਗ ਰਿਹਾ ਇੱਕਦਮ, ਕਿਉਂਕਿ ਇੰਨਾ ਟਾਈਮ 'ਤੇ ਨਾ ਹੋਇਆ ਨਹੀਂ। ਅਸੀਂ ਪਿੰਡ ਪਹੁੰਚੇ ਜੀ ਕਾਰੂ, ਕਾਰੂ ਤੋਂ ਮਨਾਲੀ ਹੈਗਾ ਜੀ ਕਿੰਨਾ ਕਿਲੋਮੀਟਰ ਹੈ,
396 ਉਹ ਦੇਖਦੇ ਹਾਂ ਜੀ 10 ਘੰਟੇ ਕਹਿ ਰਿਹਾ ਦੇਖਦੇ ਹਾਂ ਚਾਲੇ ਪਾ ਦੇਣੇ ਰਸਤੇ 'ਚ ਰੁਕ ਜਾਵਾਂਗੇ ਨਹੀਂ ਤਾਂ ਔਰ ਨਹੀਂ ਤਾਂ ਫਿਰ ਅਸੀਂ ਚੱਲਾਂਗੇ ਕਿਉਂ ਸੋ ਇੱਥੇ ਆ ਕੇ ਦੇਖਿਆ ਜੀ -12 -12 ਸੋ ਕਾਫੀ ਟੰਡ ਔਰ ਅਸੀਂ ਟੌਪ ਤੇ ਆ ਬਿਲਕੁਲ ਚੋਟੀਆਂ ਤੇ ਨਾਲ ਹੀ ਇੱਥੋਂ ਹੈਗਾ ਜੀ 177 ਔਰ ਜੋ ਵੀ ਬੰਦਾ ਆਊਗਾ ਉਹ ਤੇਲ ਪਵਾ ਕੇ ਆਵੇ ਔਰ 200 ਕਿਲੋਮੀਟਰ ਵਿੱਚ ਕੋਈ ਵੀ ਚੀਜ਼ ਨਹੀਂ ਹੈ ਨਾ ਦੁਕਾਨ ਹੈ ਨਾ ਪੈਟਰੋਲ ਪੰਪ ਹੈ ਔਰ ਸਾਡੀ ਆਪਣੀ ਵੀ ਹੁਣ ਬੱਸ ਹੋ ਗਈ ਹੈ ਬੜੀ ਮੁਸ਼ਕਲ ਗੱਡੀ ਚਲਾ ਰਹੇ ਹਾਂ ਪਰ ਸੋਚਦੇ ਹਾਂ ਕਿ ਆਪਾਂ ਮਨਾਲੀ 'ਚ ਪਹੁੰਚ ਜਾਈਏ ਇਹ ਜੀ ਪਾਣੀ ਇਸ ਤਰ੍ਹਾਂ ਹੀ ਬ੍ਰਿਜ ਲੰਘੇ ਸੀਗੇ ਨਾਲ ਹੀ ਪਾਣੀ ਆ ਗਿਆ ਸੋ ਅਸੀਂ ਸੋਚਿਆ ਸ਼ਾਇਦ ਬਰਫ਼ ਹੋਏਗੀ ਪਰ ਪਾਣੀ ਹੈ ਇਹੀ ਹੈ ਅਸੀਂ ਲੱਗਦਾ ਉਹ ਪੁੱਲ ਤਾਂ ਨਹੀਂ ਆਉਣਾ ਸੀ ਪੁੱਲ ਤਾਂ ਖੁੱਲ੍ਹਾ ਨਹੀਂ ਸੀ ਉਹ ਬੰਦ ਸੀ ਪੁੱਲ ਤਾਂ ਬੰਦ ਪੁੱਲ ਬੰਦ ਲੋ ਜੀ ਟਾਈਮ ਕੀ ਹੋ ਗਿਆ 1:06 ਹੋ ਗਿਆ ਸੋ ਇੱਥੇ ਸੁਣੋ ਹੈ ਜੀ ਬਹੁਤ ਬਲੈਕ ਆਈਸ ਬਣ ਚੁੱਕੀ ਆ ਸੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਲੰਘਣ ਦੀ ਪਰ ਕੋਈ ਗੱਲ ਨਹੀਂ ਬਣ ਰਹੀ ਦੇਖਦੇ ਹਾਂ ਜੀ ਕੋਈ ਹੱਲ ਨਿਕਲਦਾ ਜਗਜੀਤ ਸਿੰਘ ਗਿਆ ਹੋਇਆ ਸਾਹਮਣੇ ਕਿਉਂਕਿ ਪਾਣੀ ਉੱਪਰੋਂ ਬਹੁਤ ਤੇਜ਼ੀ ਨਾਲ ਆ ਰਿਹਾ ਜਗਜੀਤ ਸਿੰਘ ਆ ਰਿਹਾ ਦੇਖਦੇ ਹਾਂ ਕੁਛ ਬਣਦਾ ਕਿ ਨਹੀਂ ਸੋ ਨਿਕਲ ਗਿਆ ਜੀ ਕਾਫੀ ਬਰਫ਼ ਸੀਗੀ ਸਰ ਦੇਖ ਸਕਦੇ ਹੋ ਤੁਸੀਂ ਸਾਡੇ ਜੋ ਗੁੱਲੀਆਂ ਸੀਗੀਆਂ ਪਹਿਲੇ ਤਾਂ ਨਹੀਂ ਚੜ੍ਹੀ ਫਿਰ 2-3 ਵਾਰੀ ਟਰਾਈ ਕੀਤੀ ਤੋ ਉਸ ਤੋਂ ਬਾਅਦ ਫਿਰ ਅਸੀਂ ਗੁਰਦੁਆਰਾ ਸਾਹਿਬ ਦੀ ਕਿਰਪਾ ਨਾਲ ਨਿਕਲ ਗਏ ਕਾਫੀ ਥੱਕ ਗਿਆ ਜੀ ਇਸ ਟਾਈਮ ਇੱਦਾਂ ਲੱਗਾ ਸੀਗਾ ਜਿੱਦਾਂ ਇੱਥੇ ਰਾਤ ਕੱਟਣੀ ਪੈਗੀ ਪਰ 4x4 ਕਰਕੇ ਅਸੀਂ ਨਿਕਲ ਗਏ ਜੀ ਚੱਲਦੇ ਹਾਂ ਜੀ ਅੱਗੇ ਨੂੰ ਅਸੀਂ ਖੜ੍ਹੇ ਹਾਂ ਜੀ ਇਸ ਟਾਈਮ ਦਾਰਚਾ ਕਾਰੋ ਤੋਂ ਚੱਲੇ ਸੀ 7:30 ਵਜੇ ਔਰ ਅਸੀਂ ਦਾਰਚਾ ਪਹੁੰਚੇ ਹਾਂ ਇਸ ਟਾਈਮ ਕਿਉਂਕਿ ਕੀ ਹੋਇਆ ਕਿ ਸਾਡਾ ਜੋ ਤੇਲ ਹੈ ਸਾਨੂੰ 300 ਕਿਲੋਮੀਟਰ ਤੱਕ ਕੋਈ ਤੇਲ ਪੈਟਰੋਲ ਪੰਪ ਨਹੀਂ ਮਿਲਿਆ ਔਰ ਸਾਡੇ ਨਾਲ ਬੁਰੀ ਹੋਈ ਨਾ ਹੀ ਤਾਂ ਚਾਹ ਪੀਣ ਨੂੰ 300 ਕਿਲੋਮੀਟਰ 'ਤੇ ਕੋਈ ਚਾਹ ਪੀਣ ਨੂੰ ਕੋਈ ਲੱਭਾ ਔਰ ਨਾ ਹੀ ਸਾਨੂੰ ਕੋਈ ਪੈਟਰੋਲ ਪੰਪ ਤੇਲ ਵਾਸਤੇ ਲੱਭਾ ਕਿ ਅਸੀਂ ਫਿੱਲ ਕਰ ਸਕੀਏ ਔਰ ਰਸਤੇ ਵਿੱਚ ਸਾਡੀ ਗੱਡੀ ਵੀ ਫਸ ਗਈ ਸੀ ਉਹਦੇ ਕਰਕੇ ਸਨੋਅ ਸੀ ਬਲੈਕ ਆਈ ਸੀ ਸੋ ਬੜੀ ਮੁਸ਼ਕਲ ਉੱਥੋਂ ਨਿਕਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਹੁਣ ਅਸੀਂ ਦਾਰਚਾ 'ਤੇ ਆ ਕੇ ਅੱਗੇ ਰਿਸਕ ਨਹੀਂ ਲਿਆ ਕਿਉਂਕਿ ਇੱਥੋਂ ਅਜੇ ਵੀ 120 ਕਿਲੋਮੀਟਰ ਮਨਾਲੀ ਹੈਗਾ ਸੋ ਅਸੀਂ ਇੱਦਾਂ ਕੀ ਕੀਤਾ ਅਸੀਂ ਆਪਣਾ ਗੱਡੀਆਂ 'ਚ ਹੀ ਆਸਣ ਲਾ ਲਿਆ ਔਰ ਕੰਬਲ ਸਾਡੇ ਕੋਲ ਸੀਗੇ ਆਪਾਂ ਇਹ ਕੰਬਲ ਉੱਥੋਂ ਖਰੀਦੇ ਸੀਗੇ ਸੋ ਸਾਡੇ ਕੰਮ ਆ ਗਏ ਹੁਣ ਦੇਖਦੇ ਹਾਂ ਜੀ ਸਵੇਰੇ ਇਸ ਟਾਈਮ 4 ਵੱਜ ਗਏ ਸਵੇਰ ਦੇ ਸੋ ਹੁਣ ਥੋੜ੍ਹਾ ਸੋਨੇ ਆ ਔਰ 7 ਵਜੇ ਜਦ ਤੱਕ ਗੱਡੀਆਂ ਇੱਧਰੋਂ ਸ਼ੁਰੂ ਹੋ ਜਾਣਗੀਆਂ ਸੋ ਫਿਰ ਉਹਨਾਂ ਕੋਲ ਤੇਲ ਮੰਗਾਂਗੇ ਬੋਰੋ ਕਰਾਂਗੇ ਜਾਂ ਫਿਰ ਸਾਨੂੰ ਕਿਉਂਕਿ 100 ਕਿਲੋਮੀਟਰ ਜਾਣਾ ਬਹੁਤ ਮੁਸ਼ਕਲ ਹੈ ਮਨਾਲੀ ਤੇਲ ਲੈ ਕੇ ਆਉਣਾ ਸੋ ਇਸ ਕਰਕੇ ਅਸੀਂ ਇੱਥੇ ਕਿਸੇ ਕੋਲੋਂ ਪੇ ਕਰ ਦਾਂਗੇ ਦੇਖਦੇ ਹਾਂ ਜੀ ਸਵੇਰੇ ਕੋਈ ਕਾਇੰਡ ਬੰਦਾ ਕਾਇੰਡ ਪਰਸਨ ਆਇਆ ਹੈ ਅਤੇ ਆਪਾਂ ਦੇਖਦੇ ਹਾਂ ਰਿਕੁਐਸਟ ਕਰਾਂਗੇ ਕਿ ਤੇਲ ਮਿਲ ਜਾਏ ਦੇਖੋ ਜੀ ਵੈਦਰ ਇਸ ਟਾਈਮ -7 ਅਸੀਂ ਆਪਣੀ ਗੱਡੀ 'ਚ ਬੈਠੇ ਹੋਏ ਹਾਂ ਔਰ ਇਹ ਸਾਡੀ ਲੋਕੇਸ਼ਨ ਦਾਰਚਾ ਸੋ ਉਮੀਦ ਕਰਦੇ ਹਾਂ ਕਿ ਸਵੇਰੇ ਸਾਨੂੰ ਤੇਲ ਮਿਲ ਜੂਗਾ ਔਰ ਫਿਰ ਅਸੀਂ ਆਪਣੀ ਯਾਤਰਾ ਕੰਟੀਨਿਊ ਕਰਾਂਗੇ -7 ਦੇ ਵਿੱਚ ਗੱਡੀ ਵਿੱਚ ਬੈਠਣਾ ਬਹੁਤ ਮੁਸ਼ਕਲ ਹੈ ਵਿਦਾਊਟ ਹੀਟਿੰਗ ਕੋਈ ਹੀਟਿੰਗ ਨਹੀਂ ਚਲਾ ਸਕਦੇ ਕਿਉਂਕਿ ਤੇਲ ਹੈ ਨਹੀਂ ਸੋ ਕੋਈ ਨਹੀਂ ਹੁਣ ਸਵੇਰੇ ਦੇਖਦੇ ਹਾਂ ਜੀ ਗੁਰੂ ਸਾਹਿਬ ਠੀਕ ਕਰਨਗੇ ਜੋ ਵੀ ਅਤੇ ਆਪਣਾ ਇਹ ਜੋ ਵਲੋਗ ਹੈ ਇੱਥੇ ਐਂਡ ਕਰਦੇ ਹਾਂ ਜੀ ਅਗਲੇ ਵਲੋਗ 'ਤੇ
सो प्लीज़ चैनल नू लाइक सबसक्राइब एंड शेयर जरूर करो जी। धन्यवाद।